ਆ ਦੇਖੋ ਕਾਗਜ਼ ਬਣ ਚੱਲਿਆ, ਇਹ ਕੱਲਾ ਹੀ ਚੱਲਿਆ ਅੱਜ ਕਾਗਜ਼ ਭਰਨ ਭਾਈ। ਇਹ ਗੁੱਸਾ ਖਾ ਗਿਆ, ਇਹ ਗੁੱਸਾ ਖਾ ਗਿਆ ਇੱਕ ਦੋ ਗੱਲਾਂ। ਹੀਰੇ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ 855 'ਤੇ। ਅਤੇ ਸਪਰੇਅ ਕਰਾਉਣ ਲੱਗੇ ਵਿੱਚ ਬਾਈ ਸਵੇਰੇ ਹੁਣ ਆਪਣੀ ਡੋਡੀ 'ਤੇ, ਜਿਹੜੀ ਆਪਣਾ 26 ਲਾਈ 'ਤੇ ਲੇਟ ਆਪਣਾ ਸੈਲਰ ਵੱਲ, ਅਤੇ ਉਹਦੇ ਪਰ ਸਪਰੇਅ ਕਰਾਉਣ ਲੱਗੇ ਪਏ ਹਾਂ। ਡੋਡੀ ਹਜੇ ਸ਼ੁਰੂ ਹੀ ਹੋਈ ਤੀ, ਬਾਕੀ ਆਪਾਂ ਨਾਲ ਦੀ ਨਾਲ ਸਾਂਭੀ ਜਾਂਦੇ ਹਾਂ। ਹੁਣ ਆਹ ਦੇਖੋ ਹਜੇ ਅੱਛੀ ਵੀ ਨਹੀਂ ਕਹਿੰਦੇ, ਅਤੇ ਚਾਚੇ ਨੇ ਵੀ ਚਾਚਾ ਤਾਂ ਕਹਿੰਦਾ ਵੀ ਕਰਾ ਦੇ ਸਪਰੇ, ਵੀ ਇਹਦਾ ਹੋਊਗਾ ਵੀ ਵਧਣੀਆਂ ਵਾ ਇਹ। ਅੱਛਾ ਵੀਰ ਕਹਿੰਦਾ ਤਾਂ ਵੀ ਮੀਂਹ ਨੇ ਝਾੜ ਦੇਣੀ, ਇੱਕ ਦੋ ਬੰਦੇ ਹੋਰ ਕਹਿੰਦੇ, ਪਰ ਮੀਂਹ ਤਾਂ ਬਾਈ ਝੜੀ ਨਹੀਂ ਹੈਗੀ। ਇਹ ਸਮਾਂ ਤਾਂ ਹੁਣ ਵਧੀ ਜੀ ਰਹੀ ਤੀ, ਤਾਂ ਕਰਕੇ ਆਪਾਂ ਨੇ ਹੁਣ ਨਾਲ ਲੈ ਗਿਆ ਵਾਲੇ ਸਾਹਮਣੇ। ਇੱਧਰ ਸਾਈਡਾਂ ਆਈ ਆ, ਪਰਲੀ ਸਾਈਡ ਨਹੀਂ ਹੈਗਾ, ਗੱਬੇ ਵੀ ਨਹੀਂ ਹੈਗੇ ਕਿਤੇ ਵੀ, ਅਤੇ ਆਹ ਸਾਈਡ ਜੇ ਇਹਨੂੰ ਸ਼ੁਰੂ ਹੀ ਹੋਈ ਆ, ਇਹ ਤਾਂ ਫਿਰ ਛੇਤੀ ਉਹ ਫੈਲਦੀ, ਉਹਦੇ ਕਰਕੇ ਸਾਂਭ ਲਈ ਆਪਾਂ ਨੇ। ਬਾਕੀ ਹੁਣ ਸੱਤ ਹੋ ਗਏ, ਸਪਰੇ ਸ਼ੁਰੂ ਕਰਤੀ ਆਪਾਂ ਨੇ, 3 ਪੰਪ ਲਵਾ ਤੇ, ਬਾਕੀ ਇਹ 'ਚ ਲੱਗਿਆ ਵਾ ਲਾਉਣ। ਹੁਣ ਪਾਣੀ ਦੂਰ ਕਰਕੇ ਆਪਾਂ ਨੇ ਪੈਪ ਬਾਈ ਕੱਢਤਾ ਤਵਰੇ 'ਤੇ, ਫਿਰ ਕੋਈ ਪੈਪ ਭੰਨਣਾ ਜਾਵੇ ਆਪਣੇ ਖੇਤ ਦੇ ਨਾਲ ਨਾਲ ਰੱਖਦਾ ਹਜੇ, ਕਿਉਂਕਿ ਪਾਣੀ ਦੀ ਤਾਂ ਲੋੜ ਨਹੀਂ ਹੈਗੀ। ਮੀਂਹ ਖਾਸਾ ਪੈ ਗਿਆ, ਗਿੱਲ ਬਹੁਤ ਆ, ਪਾਣੀ ਖੜਾਤਾ ਤਾ। ਬਾਕੀ ਵਿਨੋਦ ਲੱਗਿਆ ਵੀ ਇਹ ਵੀ ਕਾਣ 'ਤੇ ਜ਼ਿਆਦਾ, ਕਹਿੰਦਾ ਉੱਥੇ ਤਾਂ ਪਾਣੀ ਨਹੀਂ ਆਉਣਾ ਵੀ ਇੰਨੀ ਦੂਰ ਪੰਪ ਹੋ ਜਾਂਦਾ, ਦੂਰ ਤਾਂ ਜ਼ਿਆਦਾ ਹੈ ਨਹੀਂ। ਫਿਰ ਮੈਨੂੰ ਕਿਹਾ ਮੈਂ ਤੂੰ ਇੱਕ ਵਾਰ ਤਾਂ ਲੰਬੀ ਉਫਾਂਟ ਲੈ ਕੇ ਜਾ, ਉੱਧਰ ਤਾਂ ਖਾਲੀ ਲਿਆ ਪੰਪ, ਵੀ ਉੱਥੇ ਵੀ ਤਾਂ ਖਾਲੀ ਮੁੜਨਾ ਪੈਂਦਾ, ਤਾਂ ਫਿਰ ਵੀ ਫਿਰ ਅੱਧਾ ਜੋ ਭਰ ਲੈਂਦੇ ਚਲੋ। ਤਾਂ ਕਰਕੇ ਹੁਣ ਲੱਗੇ ਵੀ ਹਾਂ ਸਪਰੇਅ ਕਰਾਉਣ, ਇਹੀ ਰਹਿ ਗਈ ਆਪਣੇ ਲਾਸਟ। ਹੁਣ ਉਹ ਤੋਂ ਬਾਅਦ ਤਾਂ ਬਾਸਮਤੀ ਪਰ ਦੇਖਦੇ ਹਾਂ, ਜੇ ਕੋਈ ਲੋੜ ਪੈ ਗਈ ਸਪਰੇਅ ਦੀ ਤਾਂ ਕਰ ਦਾਂਗੇ, ਉਹ ਵੀ ਨਿਸਰ ਰਹੀ ਹੈ ਨਾ ਪੂਰੀ, ਅਤੇ ਨਿਸਰ ਵਧੀਆ ਰਹੀ ਆ। ਬਾਕੀ ਹੁਣ ਦੇਖਾਂਗੇ ਇੱਧਰ 468 ਆ, ਇਹਦਾ ਵੀ ਛਿੱਟਾ ਬਈ ਬਹੁਤ ਲੰਬਾ ਹੈ, ਜਿਹੜੀ ਹੱਥ ਵੀ ਇਹਨਾਂ ਦੀ ਮੰਡ ਜੀ ਗਿਰੀ ਆ, ਤਾਂ ਦੇਖੋ ਛਿੱਟਾ ਉਰੇ ਤੇ ਲੈ ਕੇ ਵਜ਼ਨ ਵੀ ਬਹੁਤ ਆ ਹਜੇ। ਬਾਕੀ ਨਿਸਰ ਵੀ ਰਹੀ ਆ ਦੇਖੋ, ਹਜੇ ਪੂਰੀ ਨਿਸਰੀ ਨਹੀਂ ਹੈਗੀ, ਅਤੇ ਹੁਣ ਸਪਰੇਅ ਹੋ ਜਾਣੀ, ਡੋਡੀ ਵਾਲਾ ਕੰਮ ਆਪਣਾ ਸਾਂਭ ਹੋ ਜਾਣਾ। ਦੇਖੋ ਪਈ ਵੀ ਖਾਸ ਹੀ ਹੋ ਗਈ ਇੱਧਰ, ਪਰ ਹੈ ਸਾਈਡਾਂ ਹੀ ਆ, ਗੱਬੇ ਗੁੱਬੇ ਨਹੀਂ ਹੈਗੀ ਨਾ ਪਰਲੀ ਸਾਈਡ। ਅਤੇ ਬਾਕੀ ਬਈ ਝਾੜ ਜਿਹੜਾ 471 ਆ, 468 ਲੱਗ ਤਾਂ ਵਧੀਆ ਰਿਹਾ, ਵੀ 30 ਪਲੱਸ ਜਾਊਂਗੀ, ਵੀ ਉਹੀ 35-35 ਦੇ ਗਰੀਬ ਹੋਣਾ ਚਾਹੀਦਾ ਝਾੜ ਜਿਹੜੇ ਹਿਸਾਬ ਨਾਲ ਜੀਰੀ ਖੜੀ ਆ। ਬਾਕੀ ਹੁਣ ਵਜ਼ਨ ਪਰ ਡਿਪੈਂਡ ਆ, 110 ਵੀ ਹੈ ਤਾਂ ਖੜੀ ਵਧੀਆ, ਉਹਦਾ ਬਾਅਦ ਛਿੱਟਾ ਛੋਟਾ ਥੋੜ੍ਹਾ ਜਿਹਾ, ਅਤੇ ਇਹਨਾਂ ਨੇ ਵਜ਼ਨ ਵੀ ਦੇਖਿਆ ਤਾਂ ਆਪਾਂ ਨੇ ਵੀ ਵੀਡੀਓ ਨੂੰ ਦੇਖਿਆ ਹੋਣਾ ਪਹਿਲਾਂ, ਪੰਮੇ ਬਾਈ ਇਹਨਾਂ ਨੇ ਵਜ਼ਨ ਵੀ ਥੋੜ੍ਹਾ ਜਿਹਾ ਘੱਟ ਆ ਉਹਦੇ 'ਚ, ਅਤੇ ਦਾਣਾ ਵੀ ਛੋਟਾ ਉਹਦਾ, ਇਹਦੀ ਬਲ ਵੀ ਲੰਬੀ ਆ, ਦਾਣਾ ਵੀ ਬੜਾ ਏ, ਅਤੇ ਊਂ ਵੀ ਵਜ਼ਨ 'ਚ। ਬਾਕੀ ਇੱਧਰ ਜੱਗੇ ਨਾ ਦੀ, ਇੱਧਰ ਇਹਨਾਂ ਦੀ ਵੀ ਪਈ ਆ ਡੋਡੀ, ਇਹਨਾਂ ਨੇ ਪਤਾ ਨਹੀਂ ਕਰਾਈ ਸਪਰੇਅ, ਪਤਾ ਨਹੀਂ ਅੱਜ
ਇਹਨਾਂ ਦੇ ਵੀ ਖਾਸੀ ਪੈ ਗਈ। ਬਾਕੀ ਹੁਣ ਚੱਲਦੇ ਹਾਂ ਉੱਧਰ ਨੂੰ, ਫਿਰ ਰੋਟੀ ਰੂਟੀ ਲਿਆ ਕੇ ਦਿੰਦੇ ਹਾਂ। ਬਾਕੀ ਸੈਲਰ 'ਚ ਵੀ ਬਾਈ ਕੈਮਰੇ ਕੁਮਰੇ ਲੱਗ ਗਏ ਤੇ ਬਾਹਰ ਅੰਗ ਰਹਿ ਗਿਆ ਦਫ਼ਤਰ ਨੂੰ ਆਪਣੇ ਮਕਾਨ ਨੂੰ ਹੁਣ, ਬਾਕੀ ਹੋ ਗਿਆ ਅੰਦਰ ਤੇ ਸਾਰਾ। ਬਾਕੀ ਜਿੱਧਰ ਸੈਵਾ ਲੱਗੀ ਵੀ ਆ ਚੁੱਕੀ ਅਤੇ ਉਹਦੇ ਛੱਡ ਦਿੰਦੇ ਹਾਂ, ਨਾਲੇ ਥੋੜ੍ਹੀ ਰਿਲੈਕਸ ਹੋ ਜਾਂਦੀ ਆ ਸਰੀਰ 'ਚ, ਹੈ ਨਾ। ਜ਼ਰੂਰੀ ਆ ਬਾਈ ਥੱਲੇ ਕੋਈ ਵੀ ਦਾਣਾ ਪਾਉਣਾ ਅਤੇ ਉਰੇ ਛੱਡ ਦਿੰਦੇ। ਇਹਦੇ ਜੋ ਗਾਹ ਰੱਖਿਆ ਪੈਂਦਾ ਖੱਬਲ ਜਿਹਾ, ਇੱਕ ਆਹ ਇੱਕ ਉਹ ਸਾਈਡ, ਇਹ ਚੁੱਕ ਲੈਂਦੀ ਆ। ਬਾਕੀ ਇੱਧਰ ਪੰਜ ਸਪਰੇ ਮਾਰੀ ਵੀ ਤੀ, ਇੱਧਰ ਤਾਂ ਆਉਂਦੀ ਨਹੀਂ ਹੈਗੀ, ਬਸ ਇੰਨੀ ਕੁ ਜਗ੍ਹਾ ਅੱਧਾ ਘੰਟਾ ਲਵਾ ਦੀਦਾ, ਨਾਲੇ ਉਰੇ ਰੱਜ ਲੈਂਦੀ ਆ, ਨਾਲੇ ਤੋਰਾ ਫੇਰਾ ਜਿਹਾ ਹੋ ਜਾਂਦਾ ਏ। ਅਤੇ ਜਿਹੜੀ ਲੱਤ ਚੱਕਣ ਵਾਲੀ ਆਦਤ ਆ ਬਈ, ਉਰੇ ਆ ਕੇ ਹਟ ਜਾਂਦੀ ਆ, ਉਰੇ ਆ ਕੇ ਨਹੀਂ ਤੰਗ ਕਰਦੀ ਫਿਰ। ਮਹਾਰਾਜ ਦੀ ਕਿਰਪਾ ਪੂਰੀ ਹੋਈ ਜਾਂਦੀ ਆ, ਵਧੀਆ ਸਿਹਤ ਸੁਹਤ ਵੀ ਬਹੁਤ ਫਰਕ ਪੈ ਰਿਹਾ ਦਿਨ ਪਰ ਦਿਨ। ਹੁਣ ਰੰਗ ਦੇਖੋ ਕਿੰਨਾ ਸੋਹਣਾ ਹੋ ਗਿਆ। ਬਾਕੀ ਉਰੇ ਹੁਣ ਦਾਣਾ ਦੂਣਾ ਚੁਕਾ ਕੇ ਛੱਡਤੀ ਤੀ ਫਿਰ ਆਪਾਂ ਨੇ, ਪਰ ਇੰਨੀ ਕੁ ਸਿਆਣੀ ਆ ਇਹ, ਰੱਜ ਰੁੱਜ ਕੇ ਆਪਣਾ ਉੱਧਰ ਆਪਣੇ ਆਪੇ ਆ ਜਾਂਦੀ। ਐਂ ਨਹੀਂ ਹੈਗਾ ਵੀ ਸਬਜ਼ੀਆਂ ਨੂੰ ਮੂੰਹ ਮਾਰਦੀ, ਉਹ ਕੰਮ ਨਹੀਂ ਕਰਦੀ, ਖੱਬਲ ਪਰੇ ਲੱਗੇ ਜਾਂਦੀ। ਅਤੇ ਹੀਰੇ ਨੂੰ ਬਾਈ ਛੱਡ ਨਹੀਂ ਸਕਦੇ, ਹੀਰੇ ਦੇ ਕੋਲ ਖੜ੍ਹਨਾ ਪੈਣਾ, ਜਦੋਂ ਕੰਡਿਆਲਾ ਪਾ ਕੇ ਨਹੀਂ ਛੱਡਦੇ ਤਾਂ ਫਿਰ ਰੱਸੇ ਵੱਢਣ ਲੱਗ ਜਾਂਦਾ, ਉਹ ਥੋੜ੍ਹਾ ਤੰਗ ਕਰਦਾ। ਇਹਦਾ ਸਾਊ ਆ, ਇਹ ਖੜ੍ਹੀ ਰਹਿੰਦੀ ਆ, ਤਾਂ ਕਰਕੇ ਇਹਨੂੰ ਉਰੇ ਛੱਡ ਦਿੰਦੇ ਆਪਾਂ। ਬਾਕੀ ਹੁਣ ਇਹਨੂੰ ਲਾਉਣ ਤੋਂ 15-20 ਮਿੰਟ ਜਿਹੜੇ ਲਾਉਂਦੀ ਆ ਚੁੱਕ ਚੱਕ ਕੇ, ਉਹਦੇ ਬਾਅਦ ਫਿਰ ਆਪਾਂ ਚੱਲਦੇ ਇਹਨੂੰ ਅੰਦਰ, ਦਾਣਾ ਦੂਣਾ ਪਾ ਦੂੰਗੇ ਫਿਰ ਦੁਪਹਿਰ ਵਾਲਾ ਵੀ। ਆਪਾਂ ਵੀ ਰੂਟੀਨ ਰੱਖਣਾ ਬਣਾਇਆ ਵੀ ਇਹਦਾ। ਓਏ ਉੱਧਰ ਚੱਲ ਪੁੱਤ, ਉੱਧਰ ਚੱਲ ਉੱਧਰ। ਇਹਦਾ ਰੂਟੀਨ ਐਂ ਬਣਾਇਆ ਪਿਆ ਵੀ ਸਵੇਰੇ ਸਾਜਰੇ ਦਾਣਾ ਪਾ ਦੇਣਾ, ਅੱਧੇ ਘੰਟੇ ਬਾਅਦ ਘੰਟੇ ਬਾਅਦ ਤੂੜੀ ਪਾ ਕੇ ਥੋੜ੍ਹਾ ਜਿਹਾ ਫਿਰ ਦਾਣਾ ਪਾ ਦਿੰਦੇ ਉੱਪਰ, ਫਿਰ ਲੱਗੀ ਰਹਿੰਦੀ ਖਾਣੇ ਨੂੰ, ਰੱਜ ਜਾਂਦੀ ਉਹਦੇ ਨਾਲ। ਦਾਣੇ 'ਤੇ ਅੱਧਾ ਘੰਟਾ ਬਾਅਦ ਪਾਉਣਾ, ਕੁਛ ਵੀ ਪਾਉਣਾ ਜਦ ਕਿ ਨਹੀਂ, ਲਿੱਦਰ ਰਾਹੀਂ ਸਾਰਾ ਦਾਣਾ ਬਾਹਰ ਆ ਜਾਂਦਾ, ਵੇਸਟ ਹੀ ਜਾਂਦੀ ਆ। ਤਾਂ ਕਰਕੇ ਹੁਣ ਰਜਾਉਣ ਵਾਸਤੇ ਇਹਨੂੰ ਬਾਅਦ 'ਚੋਂ ਪਾ ਦਾਂਗੇ ਫਿਰ ਤੂੜੀ, ਸਵੇਰ ਦਾ ਹੁਣ ਦਾਣਾ ਖਾਧਾ ਪਿਆ, ਜਾਨੂੰ ਹਰਿਆਈ ਆ ਖੱਬਲ ਖਾ ਲੂੰਗੇ। ਇਹਦੇ ਵਾਸਤੇ ਛੋਲੇ ਆ ਬਈ, ਖੱਬਲ ਇੰਨਾ ਜ਼ਿਆਦਾ ਚੰਗਾ ਖੱਬਲ ਹੈ ਨਾ। ਬਸ ਇੱਕ ਆਪਣੇ ਕੋਲ ਟਾਈਮ ਨਹੀਂ ਹੁੰਦਾ, ਨਹੀਂ ਤਾਂ ਵੱਢ ਕੇ ਵੀ ਲਿਆ ਕੇ ਆਪਾਂ ਪਾ ਦਈਏ, ਟਾਈਮ ਦਾ ਥੋੜ੍ਹਾ ਚੱਕਰ ਪੈ ਜਾਂਦਾ। ਬਾਕੀ ਚੱਲਦੇ ਹੀਰੇ ਵੱਲੋਂ ਹੁਣ। ਲਓ ਬਈ ਪੱਛੋਂ ਚੱਲ ਪਈ, ਪੱਛੋਂ ਦੇ ਬਾਅਦ ਇੱਧਰ ਰੰਗ ਵੀ ਖੜਨ ਲੱਗ ਗਏ। ਹਾਂਜੀ, ਕਿਆ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਰੰਗ ਚੇਂਜ ਕਰੀ ਜਾਂਦਾ, ਲੈ ਚਾਚੇ ਰੰਗ ਵੀ ਚੇਂਜ ਕਰਤਾ। ਚਾਚਾ ਵੀ ਚੱਲਿਆ ਬਾਈ, ਆ ਦੇਖੋ ਕਾਗਜ਼ ਬੰਨ ਚੱਲਿਆ, ਇਹ ਕੱਲਾ ਹੀ ਚੱਲਿਆ ਅੱਜ ਕਾਗਜ਼ ਭਰਨ ਬਾਈ। ਇਹ ਗੁੱਸਾ ਖਾ ਗਿਆ, ਇਹ ਗੁੱਸਾ ਖਾ ਗਿਆ ਇੱਕ ਦੋ ਗੱਲਾਂ ਤੇ। ਉਹ ਵੀ ਦਾਦੇ ਬੀਜਣਾ ਸੀ, 2000 ਰੁਪਇਆ ਸਾਈਨ ਕਰਨੇ ਦਲੇ ਕਰਨਾ।
4000 ਰੁਪਏ ਇਹਦਾ ਲੈ ਕੇ ਨਾ ਫਲਾਣਾ ਲੈ ਕੇ ਨਾ 10000 ਫੈਸਲਾ ਕਰਾਉਣ ਦਾ ਸਾਰੇ ਹੁਣੀ ਦੱਸਦੇ ਆਪਣੇ ਉਹ ਜ਼ਮੀਨ ਜੀ ਫੱਕ ਕਰਾਈ ਦੀ ਲਿਮਿਟ ਤਾਰ ਕੇ ਅੱਛਾ ਉਹ ਹੱਦ ਘਟਾ ਕੇ ਲਿਆਉਣੀ ਮੈਂ ਕੱਲਾ ਸਰਦਾ ਨੀ ਹੈਗਾ ਉੱਪਰ ਮਾਰੀ ਜਾ ਪੋਚਾ ਜਗਾ ਤੇ ਹੁੰਦਾ ਰੰਗ ਫਿਰ ਚੱਲ ਮੈਂ ਜਾਣਾ ਮੈਂ ਤੇਲ ਪਵਾ ਕੇ ਲਿਆਉਣਾ ਮੈਂ ਜਾਣਾ ਚੱਲ ਭਾਈ ਚਾਚੇ ਫਿਰ ਲੱਡੂ ਦਾ ਡੱਬਾ ਲੈ ਆਈ ਆਉਂਦਾ ਹੋਇਆ ਲੱਡੂ ਦਾ ਡੱਬਾ ਤਾਂ ਮੈਂ ਤਾਂ ਵੰਡ ਦੂੰਗਾ ਮੈਂ ਫਿਰ ਵੰਡ ਦੂੰਗਾ ਪਿੰਡ ਮੈਂ ਸੰਮਤੀ ਹੋ ਜਾਵੇ ਤੇਰੇ ਪਰ ਹਾਂ ਫਿਰ ਮੈਂ ਕੁਆਂਟਲ ਦੋ ਚਾਚੇ ਇੱਕ ਗੱਲ ਆ ਬਾਈ ਚਾਚੇ ਦੀ ਸੰਮਤੀ ਹੋ ਵੀ ਜਾਣੀ ਸੀ ਤੈਨੂੰ ਇਹ ਗੱਲ ਦੱਸ ਦਿੰਦੇ ਚਾਚੇ ਦੀ ਇੱਛਾ ਨਹੀਂ ਹੈਗੀ ਇਹ ਗਲਤ ਬਹੁਤ ਥੋੜਾ ਬਹੁਤ ਨਹੀਂ ਕੁਆਂਟਲ ਦੋ ਕੁਆਂਟਲ ਜੇ ਤੇਰੇ ਪਰ ਹੋ ਜਾਵੇ ਹਾਂ ਜੇ ਤੇਰੇ ਮੇਰੇ ਪਰ ਨਹੀਂ ਜਿਹਦੇ ਮਰਜ਼ੀ ਹੋ ਜਿਹਦੇ ਮਰਜ਼ੀ ਪਰ ਇਹ ਚਾਚੇ ਕੁਆਂਟਲ ਲੱਡੂ ਵੰਡ ਦੂੰਗਾ ਜਾ ਹਾਂ ਜਿਹੜੇ ਬੰਦੇ ਮਰਜ਼ੀ ਹੋ ਜਾਵੇ ਕੁਆਂਟਲ ਲੱਡੂ ਮੇਰੇ ਕਹਿੰਦੇ ਸਹੀ ਗੱਲ ਯਾਰ ਸ਼ਾਂਤੀ ਹੋ ਜਾਵੇ ਸ਼ਾਂਤੀ ਹੋ ਜਾਵੇ ਕੋਈ ਬੰਦਾ ਖੜਨਾ ਮੈਂ ਵੀ ਮੈਂ ਕਹਿੰਦਾ ਵੀ ਮੈਂ ਖੜ ਜਾਵਾਂ ਸਾਡੇ ਪਿੰਡ ਸਾਡੇ ਪਿੰਡ 'ਚ ਜ਼ਿਆਦਾ ਜ਼ੋਰ ਆਈ ਜਿਹੜਾ ਮਰਜ਼ੀ ਹੋ ਜਾਵੇ ਆਪਣੇ ਪਿੰਡ 'ਚ ਜ਼ੋਰ ਆਈ ਤਾਂ ਵੀ ਸਹਿਮਤੀ ਹੋ ਜਾਵੇ ਬਸ ਸਾਨੂੰ ਸਾਰਿਆਂ ਨੂੰ ਬਾਈ ਆਹੀ ਕੋਸਤਾ ਵੀ ਸਹਿਮਤੀ ਹੋ ਜਾਵੇ ਕੋਈ ਵੀ ਖੜੇ ਬੰਦਾ ਵਧੀਆ ਵੀ ਜਿਹੜਾ ਕੰਮ ਕਰਨ ਵਾਲਾ ਹੋਵੇ ਪਹਿਲੇ ਨੰਬਰ 'ਤੇ ਸਾਡੀ ਸਲਾਹ 'ਤੇ ਆਏ ਵੀ ਭਾਈ ਨੌਜਵਾਨ ਕੋਈ ਕੰਮ ਕਰੇ ਉਹ ਖੜੇ ਉਹ ਚੀਜ਼ ਵਾਸਤੇ ਆਪਣਾ ਜ਼ਿਆਦਾ ਜ਼ੋਰ ਤਾਂ ਵੀ ਨੌਜਵਾਨ ਭਾਈ ਸਾਡੇ ਹੁਣ ਰੇਹ ਕੰਮ ਨੂੰ ਤੁਰਦੇ ਆ ਮੁਰੇ ਹੋ ਜਾਂਦੇ ਆ ਹਿੰਮਤ ਹੀ ਬਥੇਰੇ ਆਪਣੇ ਪਿੰਡ ਦੇ ਮੁੰਡੇ ਸਾਰੇ ਹੀ ਆ ਸਾਰੇ ਇਲਾਕੇ ਵਾਲੇ ਪਰਾਂ ਵਾਲੇ ਇਲਾਕੇ ਵਾਲੇ ਉਰਲੇ ਜਿਹੜੇ ਮਰਜ਼ੀ ਆਪਣੇ ਇਕੱਠੇ ਜਦੇ ਹੋ ਜਾਂਦੇ ਤੇ ਕਰਦੇ ਹੁਣ ਗਏ ਰਹਿੰਦੀ ਹਾਂ ਜਿਆਦਾ ਬਰੀਕ ਵੀ ਨਾ ਕਰੀ ਬਾਕੀ ਭਾਈ ਚੱਲ ਪਈ ਪਿੱਛੋਂ ਹੁਣ ਦੇਖਦੇ ਆ ਜਿਹੜੀਆਂ ਕਿੰਨੇ ਕੁ ਦਿਨਾਂ ਚ ਆਉਂਦੀਆਂ ਉਧਰ ਸਪਰੇ ਕਰਾਉਣ ਲੱਗ ਗਿਆ ਉਧਰ ਮਿੰਦੇ ਉੱਧਰ ਉੱਧਰ ਕਿੰਨੀ ਸਾਰੀ ਓ ਗਰੀਬੀ ਆ।